ਤੁਸੀਂ ਵੀ ਸਾਰੇ ਬੈਠ ਜਾਓ, ਬੈਠ ਜਾਓ, ਸਾਰੇ ਬਹਿ ਜਾਓ, ਤੁਸੀਂ ਬੈਠ ਜਾਓ, ਨਹੀਂ ਬੈਠਣਾ, ਸਿੱਟ ਡਾਊਨ ਦਾ ਪੁੰਜੇ, ਬਹਿ ਜਾਓ। ਸਾਨੂੰ ਡਰ ਨਹੀਂ ਪਾਕਿਸਤਾਨ ਦੇ ਚੰਦਰਮਾ ਦਾ, ਸਾਨੂੰ ਡਰ ਨਹੀਂ ਪਾਕਿਸਤਾਨ ਦੇ ਚੰਦਰਮਾ ਦਾ, ਸਾਨੂੰ ਲੋੜ ਨਹੀਂ ਚੀਨ ਦੇ ਤਾਰਿਆਂ ਦੀ, ਜੇ ਹਿੰਦੁਸਤਾਨ ਆਪਣੀ ਆਈ ਤੇ ਆਜੇ ਮੰਜੀ ਠੋਕਦੇ ਸਾਰਿਆਂ ਦੀ। ਇੰਡੀਅਨ ਭਾਰਤ ਮਾਤਾ ਕੀ ਜੈ। ਵਾਹ ਮਹਾਰਾਜ, ਕਿਆ ਬਾਤ ਜੀ ਦੇ ਰਹੋ। ਉਹ ਪਾਕਿਸਤਾਨ ਜਾ ਰਿਹਾ ਭਰਾਵਾ, ਉਹ ਸਾਰੇ ਬੈਠੇ ਯਾਰ, ਪਲੀਜ਼ ਅਸੀਂ ਬੰਦ ਕਰਨ ਲੱਗੇ ਹਾਂ ਪ੍ਰੋਗਰਾਮ। ਅਰਜੁਨ, ਅਰਜੁਨ ਆਪ ਬੰਦ ਕਰਨੇ ਲੱਗੇ ਹਾਂ ਯਾਰ। ਯਾਰ ਗਾ ਤੋ ਲੈਣੇ ਦੋ, ਗਾ ਲੈਣੇ ਦੋ ਯਾਰ, ਬੈਠ ਜਾਓ, ਬੈਠ ਜਾਓ, ਬੈਠ ਜਾਓ, ਬੈਠ ਜਾਓ। ਹਾਂਜੀ ਵਾਲੀਆ ਸਰ, ਸੰਦੀਪ ਸਾਬਰ, ਤੁਸੀਂ ਸਾਬਰ ਕੋਟੀ ਸਾਹਿਬ ਦਾ ਨਾਂ ਸੁਣਿਆ, ਉਹ ਮੇਰਾ ਭਰਾ ਬੱਬਰ ਸ਼ੇਰ ਗਵਈਆ। ਭੈਣ ਜੀ ਬਹਿ ਜਾਓ ਜੀ, ਬਹਿ ਜਾਓ ਪਲੀਜ਼। ਬੱਬਰ ਸ਼ੇਰ ਕਦੀ ਵੀ ਮਰਦੇ ਨਹੀਂ ਆ, ਸ਼ੇਰ ਸ਼ੇਰ ਮਰ ਵੀ ਜਾਵੇ ਤਾਂ ਵੀ ਬੱਬਰ ਸ਼ੇਰ ਹੀ ਰਹਿੰਦਾ ਹੈ। ਵੈਸੇ ਤਾਂ ਸ਼ੇਰ ਕਦੀ ਮਰਦੇ ਨਹੀਂ, ਉਹ ਜਿਉਂਦੇ ਹੀ ਰਹਿੰਦੇ ਹੈ। ਇੱਕ ਗਾਣਾ ਵੀ ਹੈ, ਲੋਕੋ ਸੂਰਮੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ, ਉਹ ਗਾਉਣ ਵਾਲਿਆਂ ਦਾ ਸੂਰਮਾ ਸੀ ਸਾਡਾ ਭਰਾ। ਇਹ ਕੁੜੀਓ ਨੀ, ਕੁੜੀਓ ਫੋਟੋਗ੍ਰਾਫਰ ਸਾਹਿਬ, ਹਾਂ ਬਹਿ ਜਾ, ਬਹਿ ਜਾ, ਬਹਿ ਜਾ, ਉਹ ਇੱਧਰ ਜਾ, ਤੇਰਾ ਕੈਮਰਾ ਸੜ ਜਾਏ, ਬੈਠ ਜਾ ਭਾਈ, ਬੈਠ ਜਾ, ਸੜ ਵੀ ਜਾਤਾ ਹੋਤਾ ਹੈ, ਹਮਾਰੀ ਬਾਤੇਂ ਬਹੁਤ ਜਲਦੀ ਲੱਗਤੀ ਹੈ, ਯੇ ਯਾਦ ਰੱਖਣਾ, ਕਸਮ ਸੇ ਮੈਂ ਝੂਠ ਨਹੀਂ ਬੋਲਦਾ, ਆਰਾਮ ਸੇ ਬੈਠ ਜਾ ਭਾਈ, ਤੂੰ ਵੀ ਭਗਵਾਨ ਕਾ ਨਾਮ ਲਿਆ ਕਰ, ਕੈਮਰਾ ਹੀ ਥਾਮ ਲਿਆ ਕਰ। ਅਏ ਮਿੱਤੂ, ਓ ਮੇਰਾ ਭਾਈ ਯਾਰ, ਇਹ ਹਮਾਰਾ ਭਾਈ ਆਜ ਹਮਸੇ ਬਹੁਤ ਦੂਰ ਜਾ ਕੇ ਬੈਠਾ ਹੋਇਆ, ਬੰਗਲਾਦੇਸ਼। ਮਿੱਤੂ ਭਾਈ, ਇੱਕ ਵਾਰ ਜ਼ੋਰਦਾਰ ਤਾਲੀਆਂ ਮਾਰੋ ਮਿੱਤੂ ਭਾਈ ਕੇ ਲੀਏ। ਸ਼ੇਰਾਂ ਵਾਲੀਏ ਮੈਂ ਤੇਰੀਆਂ ਉਡੀਕਾਂ, ਸਾਬਰ ਦੀ ਗੱਲ ਚੱਲ ਰਹੀ ਸੀ, ਸਾਬਰ ਕੋਟੀ ਦੀ ਪਹਾੜੀ ਅੰਬਾ ਮੇਘ ਕਰੋ ਮੇਘ, ਸਾਬਰ ਨੂੰ ਮੈਂ ਚਾਹੁੰਦਾ ਉਹਦਾ ਇੱਕ ਅੰਤਰਸਥਾਈ ਗਾਵਾਂ ਮੈਂ ਜ਼ਰੂਰ, ਸਾਬਰ ਕੋਟੀ ਨੂੰ ਸ਼ਰਧਾਂਜਲੀ ਹੈ, ਕਿਉਂਕਿ ਉਹਦੇ ਵਰਗਾ ਗਵਈਆ ਸ਼ੇਰ ਕਦੀ ਪੈਦਾ ਨਹੀਂ ਹੋਣਾ ਦੁਬਾਰਾ, ਉਹ ਇੱਕੋ ਹੀ ਸੀ, ਇੱਕੋ ਹੀ ਰਹਿਣਾ ਅਤੇ ਇੱਕੋ ਹੀ ਰਹੇਗਾ। ਨਹੀਂ ਸਰ, ਮੈਂ ਤਾਂ ਉਸਕਾ ਛੋਟਾ ਭਾਈ ਹੂੰ, ਮੈਂ ਵੀ ਬੱਬਰ ਸ਼ੇਰ ਹੂੰ, ਲੇਕਿਨ ਦੂਸਰੇ ਨੰਬਰ ਵਾਲਾ, ਪਹਿਲੇ ਨੰਬਰ ਵਾਲਾ ਵੋ ਹੈ। ਵੈਸੇ ਦੇਖਿਆ ਜਾਏ ਤਾਂ ਪਹਿਲੇ ਨੰਬਰ ਵਾਲੇ ਹੰਸ ਭਾਜੀ ਹੈ, ਜੋ ਹਮਾਰੇ ਪਰਿਵਾਰ ਕੇ ਸ਼ੇਰ ਬੱਬਰ ਸ਼ੇਰ ਹੈ, ਪਦਮ ਸ਼੍ਰੀ ਹੰਸਰਾਜ ਹੰਸ, ਇੱਕ ਵਾਰ ਜ਼ੋਰਦਾਰ ਤਾਲੀਆਂ ਉਨਕੇ ਲਈ। ਉਸਕੇ ਬਾਅਦ ਸਾਬਰ ਭਾਜੀ ਕਾ ਨੰਬਰ ਆਤਾ ਹੈ, ਸਾਬਰ ਭਾਜੀ ਕੇ ਬਾਅਦ ਜਸਬੀਰ ਜੱਸੀ ਕਾ ਨੰਬਰ ਆਤਾ ਹੈ, ਉਸਕੇ ਬਾਅਦ ਕਹੀਂ ਜਾ ਕਰ ਮੇਰਾ ਨੰਬਰ ਆਤਾ ਹੈ। ਮੈਂ ਚਾਹੇ ਜੋ ਉਨਕੇ ਉਸ ਸਭ ਕੇ ਉਸਤਾਦ ਹੈ, ਚਾਹੇ ਮੈਂ ਉਨਕਾ ਬੇਟਾ ਹੂੰ, ਲੇਕਿਨ ਮੇਰਾ ਨੰਬਰ ਚੌਥੇ ਨੰਬਰ ਪਰ ਆਤਾ ਹੈ। ਇਮਾਨਦਾਰੀ ਕੀ ਬਾਤ ਹੈ, ਜੋ ਬੰਦਾ ਇਮਾਨਦਾਰੀ ਸੇ ਬਾਤ ਕਰੇ ਵੋ ਹੀ ਅੱਛਾ ਹੈ, ਜੋ ਬੰਦਾ ਇਮਾਨਦਾਰੀ ਨਹੀਂ ਕਰਤਾ ਹੈ ਵੋ ਨਹੀਂ ਅੱਛਾ ਹੈ। ਇਮਾਨਦਾਰੀ ਕੀ ਯੇ ਬਾਤ ਹੈ ਕਿ ਵੋ ਮੁਝਸੇ ਬੜੇ ਹੈ ਔਰ ਹਮੇਸ਼ਾ ਬੜੇ ਹੀ ਰਹੇਂਗੇ, ਗਾਣੇ ਬਜਾਨੇ ਕੀ ਬਾਤ ਨਹੀਂ ਹੈ, ਯੇ ਇੱਜ਼ਤ ਕੀ ਸਤਿਕਾਰ ਕੀ ਬਾਤ ਹੈ। ਹੰਸ ਭਾਜੀ ਸਾਡੇ ਪਿਓ ਨੇ, ਸਾਬਰ ਭਾਜੀ ਵੀ ਸਾਡੇ ਪਿਓ ਨੇ, ਜੱਸੀ ਮੇਰਾ ਵੱਡਾ ਭਰਾ ਹੈ ਅਤੇ ਮੈਂ ਸਾਰਿਆਂ ਤੋਂ ਛੋਟਾ। ਤਾਰਾ ਅੰਬਰਾਂ ਤੇ ਕੋਈ ਕੋਈ ਅੰਬਰਾਂ ਤੇ ਕੋਈ ਕੋਈ ਤਾਰਾ ਅੰਬਰਾਂ ਤੇ ਕੋਈ ਕੋਈ ਤਾਰਾ। ਭਈਆ ਥੋੜਾ ਜਿਹਾ ਚੁੱਪ ਕਰ, ਚੁੱਪ ਦਾ ਦਾਨ ਬਖਸ਼ਿਓ ਜੀ। ਸਾਡੇ ਫਿਰੇ ਗੰਜੂ ਪੂੰਜਦਾ ਸ
संदीप साबर वालिया। जदों बंदा किसे तो विछड़दा है ना, ए बेटा ओ न्याणियो आ आराम से बेटा, बातें नहीं करनी है। नहीं कृतिका इन्हां नूं कह रहा पुत्र, ये जिहड़े तेरे नाल बैठे ने। शेर भरा विछड़ गया, शेर भरा सी शेर। जदों कदी मेरा यूट्यूब ते किसी ना जुगलबंदी वेखदा हुंदा सी साबर, तो उन्हें मैंने एको ही फोन करना, उन्हें कहना खान साहब, मैंने कभी सलीव नहीं किया, उन्हें हमेशा मैंने खान साहब ही किया। साबर भाजी, हंस भाजी ने भी मैंने खान साहब ही किया, साबर भाजी ने भी खान साहब ही किया। जदों भी मेरी कोई जुगलबंदी देखनी जां कुछ इहो देखना जां कोई ऐसा कोई वायरल वूरल चीज़ मेरी हो जानी, तो उन्हें सिर्फ एक गल मैंने कहनी, कहना खान साहब घबराया ना करो, अली दे कुत्ते भी अली हुंदे ने, तुसीं साडे लई अली हो। ते मैं चाहुंदा कि बाबा मुराद शाह जिहड़ा उपर बैठा उहदी रूह नूं शांति देवे। साडा भरा बहुत जल्दी विछड़ गया, श्री देवी नालों भी छोटा सी। श्री देवी 54 years old सी, वह साडा भरा जिहड़ा वह मसा ही 51 साल का 50 साल का सी। पता नहीं किहो जिहा साल चढ़िया, सारे विछोड़े ही पाई जाता, कोई किसी किधरों लै जाता किसी। बाबा जी हुण बस करो, बस करो, बस दुआ है तुहाडे चरणां च, हुण बस करो, बहुत हो गया।
ਤੁਸੀਂ ਵੀ ਸਾਰਿਆਂ ਲਈ ਦੁਆ ਕਰਿਆ ਕਰੋ, ਸਾਰਿਆਂ ਦੀ ਸੁੱਖ ਖੈਰ ਮੰਗਿਆ ਕਰੋ। ਜੇ ਕੋਈ ਵੈਰੀ ਦੁਸ਼ਮਣ ਵੀ ਹੈ ਉਹਨੂੰ ਕਹੀ ਭਰਾਵਾ ਤੂੰ ਵੈਰ ਕਰਦਾ ਰਹੇ, ਤੂੰ ਮੈਨੂੰ ਗਾਲਾਂ ਕੱਢਦਾ ਰਹੇ, ਜੋ ਮਰਜ਼ੀ ਕਰਦਾ ਰਹੇ, ਪਰ ਤੂੰ ਠੀਕ ਠਾਕ ਹੋਣਾ ਚਾਹੀਦਾ, ਜਿੰਦਾ ਰਹਿਣਾ ਚਾਹੀਦਾ, ਜਿੰਦਾ ਰਹਿਣਾ ਚਾਹੀਦਾ ਇਨਸਾਨ। ਵੈਰੀ ਦੁਸ਼ਮਣ ਦੀ ਵੀ ਖੈਰ ਮੰਗਣੀ ਚਾਹੀਦੀ ਹੈ, ਹੈ ਨਾ। ਉਹ ਕਹਿੰਦੇ ਨੇ, ਸਿਆਣੇ ਕਹਿੰਦੇ ਨੇ ਕਿ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਢੀਂਗਰ ਤੇ ਦਿਨ ਆਇਆ ਮੁਹੰਮਦਾ, ਆਖਰ ਨੂੰ ਡੁੱਬ ਜਾਣਾ, ਹੈ ਨਾ। ਸਾਰਿਆਂ ਨੇ ਡੁੱਬ ਜਾਣਾ, ਸਾਰਿਆਂ ਨੇ ਮਰ ਜਾਣਾ, ਪਰ ਜੇ ਜਿਹੜਾ ਬੰਦਾ ਆਪਣੀ ਇਹ ਕੁੜੀਏ ਬੇਟਾ, ਮੈਂ ਕਿਤੇ ਸਰੂਪ ਨਖਾ ਥੋੜ੍ਹੀ ਬਣਿਆ ਹੋਇਆ, ਕਮਾਲ ਹੋ ਗਏ, ਬੱਚੇ ਸੁਣਦੇ ਨਹੀਂ, ਚੰਗੀਆਂ ਗੱਲਾਂ ਬੱਚਿਆਂ ਨੂੰ ਸਮਝ ਨਹੀਂ ਆਉਂਦੀਆਂ। ਅਤੇ ਗੈਂਗਸਟਰਾਂ ਵਾਲੇ ਗਾਣੇ ਜਿੰਨੇ ਮਰਜ਼ੀ ਇਹਨਾਂ ਤੋਂ ਸੁਣ ਲਓ, ਜੇ ਕੋਈ ਚੰਗੀ ਗੱਲ ਦੱਸਦਾ ਮਾਂ ਪਿਓ ਵੀ ਨਹੀਂ ਦੱਸਦੇ ਵੀ ਬੇਟਾ ਸੁਣੋ ਕੀ ਕਹਿ ਰਿਹਾ। ਆਪਣੇ ਬੱਚਿਆਂ ਨੂੰ ਬਚਾ ਲਓ, ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਅੱਗੇ ਜਿਹੜਾ ਫਿਊਚਰ ਬੱਚਿਆਂ ਦਾ, ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਗੈਂਗਲੈਂਡ ਸ਼ੈਂਗਲੈਂਡ ਜਿੰਨੇ ਵੀ ਗਾਣੇ ਜਿਹੜੇ ਇਹਨਾਂ ਨੂੰ ਸੁਣਨੇ ਬੰਦ ਕਰੋ, ਵਧੀਆ ਗਾਣੇ ਸੁਣਾਇਆ ਕਰੋ। ਮੁਹੰਮਦ ਰਫੀ ਸਾਹਿਬ ਸੁਣਾਇਆ ਕਰੋ, ਲਤਾ ਜੀ ਸੁਣਾਇਆ ਕਰੋ, ਆਸ਼ਾ ਜੀ ਸੁਣਾਇਆ ਕਰੋ, ਹੰਸ ਭਾਜੀ, ਸਰਦੂਲ ਸਿਕੰਦਰ ਸਾਹਿਬ, ਲੱਖਾ ਸਾਹਿਬ, ਨਰਿੰਦਰ ਚੰਚਲ ਸਾਹਿਬ, ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ, ਮਾਸਟਰ ਸਲੀਮ, ਫਿਰੋਜ਼ ਖਾਨ, ਕਮਲ ਖਾਨ, ਹੈ ਨਾ, ਨੁਸਰਤ ਫਤਿਹ ਅਲੀ ਖਾਨ ਸਾਹਿਬ। ਗੱਲ ਪਾਕਿਸਤਾਨ ਹਿੰਦੁਸਤਾਨ ਦੀ ਨਹੀਂ ਹੈ, ਗੱਲ ਗਾਣੇ ਦੀ ਆ, ਵਧੀਆ ਗਾਣੇ ਦੀ। ਉਹ ਸੁਣਾਇਆ ਕਰੋ ਆਪਣੇ ਨਿਆਣਿਆਂ ਨੂੰ। ਅੱਜ ਗਲੀ ਗਲੀ ਵਿੱਚ, ਅੱਜ ਹਰ ਇੱਕ ਮੁਹੱਲੇ 'ਚ ਗਰੁੱਪ ਬਣੇ ਹੋਏ ਨੇ, ਗੈਂਗਾਂ ਬਣੀਆਂ ਹੋਈਆਂ ਨੇ, ਜਿਹੜਾ ਮਰਜ਼ੀ ਜਿਹਨੂੰ ਮਾਰ ਜਾਂਦਾ ਪਤਾ ਨਹੀਂ ਲੱਗਦਾ ਕੀ ਲੈਣਾ ਯਾਰ। ਆਪਣੇ ਬੱਚਿਆਂ ਨੂੰ ਹਜੇ ਵੀ ਸਾਂਭ ਲਓ, ਹਜੇ ਵੀ ਸਾਂਭ ਲਓ, ਹਜੇ ਵੀ ਮੌਕਾ ਹੈਗਾ, ਨਹੀਂ ਤਾਂ ਉਸ ਤੋਂ ਬਾਅਦ ਨਹੀਂ ਹੋਣਾ ਕੁਛ ਵੀ। 80% ਕੰਮ ਖਤਮ ਹੋ ਗਿਆ ਹੈ, 20% ਰਹਿੰਦਾ ਹੈ। ਜੇ 20% ਨੂੰ ਤੁਸੀਂ ਬਚਾ ਲਉਂਗੇ ਤਾਂ ਉਹ 20 ਦਾ ਜਿਹੜਾ ਉਹ 200, 300, 400% ਬਣ ਜਾਣਾ। ਬਚਾ ਲਓ, ਹਜੇ ਵੀ ਬਚਾ ਲਓ। ਰੱਖੋ ਦੂਸਰਾ ਗਾਣਾ। ਜਦੋਂ ਅਸੀਂ ਇੱਦਾਂ ਗਾਉਂਦੇ ਹਾਂ ਨਾ, ਜਦੋਂ ਇੱਦਾਂ ਗਾਉਂਦੇ ਹਾਂ ਤਾਂ ਕਈ ਬੱਚੇ ਹੱਸਦੇ ਆ, ਸਾਨੂੰ ਉਹਨਾਂ 'ਤੇ ਦੁੱਖ ਨਹੀਂ ਹੁੰਦਾ, ਸਾਨੂੰ ਉਲਟ ਹਾਸਾ ਆਉਂਦਾ ਅੰਦਰੋਂ ਵੀ ਇਹ ਬੱਚੇ ਕਿੱਧਰ ਜਾ ਰਹੇ ਨੇ, ਇਹਨਾਂ ਨੂੰ ਸਮਝ ਨਹੀਂ ਹੈ। ਪਰ ਆਖਿਰ 'ਚ ਜਿਹੜੀ ਜਿੱਤ ਹੁੰਦੀ ਉਹ ਸੱਚ ਦੀ ਹੁੰਦੀ ਹੈ। ਗਾਣਾ ਲਤਾ ਜੀ ਦਾ ਹੀ ਵੱਜਣਾ ਹੈ, ਹੈ ਨਾ। ਦੁਨੀਆ ਪਿੱਤਲ ਦੀ ਨੇ ਇੱਥੇ ਹੀ ਰਹਿ ਜਾਣਾ, ਗਾਣਾ ਉਹ ਹੀ ਵੱਜਣਾ ਹੈ। ਕਿਹੜਾ ਪਹਾੜੀ ਕਰੀ ਜਾਣਾ, ਇੱਕ ਪਿਆਰ ਕਾ ਨਗਮਾ ਹੈ ਮੌਜੋਂ ਕੀ ਰਵਾਨੀ ਹੈ। ਦੇਖਿਆ ਤੁਸੀਂ ਸਾਰੇ ਗਾਉਣ ਲੱਗ ਪਏ ਮੇਰੇ ਨਾਲ। ਇਹਨੂੰ ਕਹਿੰਦੇ ਗਾਣਾ, ਇਹਨੂੰ ਕਹਿੰਦੇ ਆ ਚੱਲਿਆ ਗਾਣਾ, ਇਹਨੂੰ ਕਹਿੰਦੇ ਆ ਮਿਊਜ਼ਿਕ ਦੀ ਪਾਵਰ, ਇਹਨੂੰ ਕਹਿੰਦੇ ਸੰਗੀਤ ਦੀ ਪਾਵਰ। ਇੱਕ ਪਿਆਰ ਕਾ ਨਗਮਾ ਮੌਜੋਂ ਕੀ ਰਵਾਨੀ ਹੈ, ਜ਼ਿੰਦਗੀ ਔਰ ਕੁਛ ਵੀ ਨਹੀਂ, ਤੇਰੀ ਮੇਰੀ ਕਹਾਣੀ ਹੈ। ਇੱਕ ਪਿਆਰ ਕਾ ਨਗਮਾ ਹੈ ਮੌਜੋਂ ਕੀ ਰਵਾਨੀ ਹੈ, ਜ਼ਿੰਦਗੀ ਕੁਛ ਵੀ ਨਹੀਂ, ਤੇਰੀ ਮੇਰੀ ਕਹਾਣੀ। ਤਰਰ ਰਰਰ ਰਰਰ ਤਰਰ ਰਰਰ ਤਰਰ ਰਰ ਨਾ 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 ਦਰਦ ਤੂੰ ਮੇਰਾ ਸਹਾਰਾ ਹੈ,
ਕਿੰਨੇ ਪਿਆਰੇ ਪਿਆਰੇ ਗਾਣੇ ਨੇ, ਅਸੀਂ ਉਹੀ ਸੁਣਿਆ। ਉਹ ਜੈ ਤੇਰਾ ਗਿਣੇ ਗੈਂਗਲੈਂਡ ਬਣਿਆ ਤੂੰ ਜੰਡ 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 ਜੱਗੇ ਜਾ ਮਾਜ ਜਾ। ਕੋਈ ਗੱਲ ਥੋੜੀ ਹੈ, ਕੋਈ ਗੱਲ ਥੋੜੀ ਹੈ ਯਾਰ। ਤੇ ਉਹਨਾਂ ਨੂੰ ਤੁਸੀਂ ਪੈਸੇ ਵੀ ਦੇਈ ਜਾਂਦੇ ਹੋ 10-10, 15-15 ਲੱਖ ਰੁਪਇਆ। ਅਸੀਂ 5-6 ਲੱਖ ਰੁਪਇਆ ਮੰਗਦੇ, ਤੁਸੀਂ ਕਹਿੰਦੇ ਬਹੁਤ ਪੈਸੇ ਮੰਗਣ ਲੱਗੇ ਯਾਰ। ਇੱਥੇ ਪੈਸੇ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਡੋਲਣਾ ਵੀ ਕਹਿ ਸਕਦੇ ਹਾਂ ਕਿਉਂਕਿ ਸਾਈਂ ਮਹਾਰਾਜ ਦਾ ਪ੍ਰੋਗਰਾਮ ਹੈ, ਸਾਈਂ ਸਾਡਾ ਡੋਲਣਾ ਹੈ। ਕੁਛ ਤੁਮ ਬੋਲੋ ਕੁਛ ਹਮ ਬੋਲੇ ਇਹ ਡੋਲਣਾ। ਕੈਸੇ ਕੈਸੇ ਗਾਣੇ ਯਾਰ, ਤੁਸੀਂ ਉਹਨੂੰ ਭੁਲਾਈ ਬੈਠੇ ਹੋ ਗਾਣਿਆਂ ਨੂੰ। ਕਿਉਂ ਸਰ? ਦਰਦ ਦਰਦ ਐਸੇ ਐਸੇ ਓਹ ਹਾਂਜੀ ਕਿੱਦਾਂ, ਹੈਲੋ ਕਿੱਦਾਂ। ਇਹ ਪਹਿਲਾ ਕਲਾਕਾਰ ਆ ਜਿਹੜਾ ਭੇਟ ਗਾਉਂਦਾ ਗਾਉਂਦਾ ਫੋਨ